ਸਦਾ ਸਾਰਿਆਂ ਦਾ ਬਹੁਤ ਅਸੀਸਾਂ ਹਨ ਪੂਰਤੀ ਉਹਨਾਂ ਦੇ ਪ੍ਰਤੀ ਕਿਉਂਕਿ 100 ਸਾਲ ਦੀ ਉਮਰ ਉਹਨਾਂ ਨੇ ਪੂਰੀ ਕੀਤੀ ਔਰ ਪ੍ਰਧਾਨ ਮੰਤਰੀ ਜੀ ਨੇ ਹਮੇਸ਼ਾ ਆਸ਼ੀਰਵਾਦ ਲੈ ਕੇ ਲੋਕਾਂ ਨੂੰ ਜਿਹੜਾ ਲੋਕਾਂ ਵਿੱਚ ਪਿਆਰ ਸਾਰੇ ਹਿੰਦੁਸਤਾਨ ਨਹੀਂ ਬਲਕਿ ਦੇਸ਼ ਪਰ ਦੁਨੀਆ ਪਰ ਦੇ ਵਿੱਚ ਜਿਹੜਾ ਨਿਸ਼ਾਵਾਰ ਕੀਤਾ ਉਸ ਮਾਂ ਦੀ ਹਮੇਸ਼ਾ ਉਹਨਾਂ ਦੇ ਸਿਰ ਤੇ ਆਸ਼ੀਰਵਾਦ ਰਿਹਾ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਸਾਰਾ ਦੇਸ਼ ਔਰ ਖਾਸ ਕਰਕੇ ਸਾਡੀ ਪਾਰਟੀ ਜਿਹੜੀ ਹੈ ਉਹ ਉਹਨਾਂ ਦੇ ਨਾਲ ਇਸ ਵੇਲੇ ਦੁੱਖ ਵਿੱਚ ਸ਼ਾਮਲ ਹੁੰਦੀ ਹੈ ਔਰ ਮਹਾਰਾਜ ਅਗੇ ਅਰਦਾਸ ਕਰਦੇ ਆਂ ਵੀ ਉਸ ਪਵਿੱਤਰ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇ ਕਰੋਨਾ ਅਗੇ ਕਿੱਥੋਂ ਚੱਲਿਆ ਸੀ ਚਾਈਨਾ ਤੋਂ ਆਇਆ ਸੀਗਾ ਅੱਜ ਚੀਨ ਦੀ ਹਾਲਤ ਦੁਬਾਰਾ ਦੇਖ ਲਓ ਉਹ ਵੇਰੀਐਂਟ 7 ਜਿਹੜਾ ਕਿ ਮਸ਼ਹੂਰ ਇਹ ਤਾਂ ਨਹੀਂ ਵੀ ਉਹ ਇਹ ਸਰਕਾਰ ਕਰੀ ਸਾਰੇ ਟੀਵੀ ਚੈਨਲ ਸੇ ਸਾਰੀ ਦੁਨੀਆ ਨੂੰ ਪਤਾ ਹੈ ਸਾਰੀ ਦੁਨੀਆ ਦੇ ਵਿੱਚ ਉਸਤੇ ਇਤਿਆਦ ਉਹਦੀ ਪ੍ਰਕਾਸ਼ਨ ਲੈਣ ਉਹਨਾਂ ਨੇ ਕੀ ਸਰਕਾਰ ਨੇ ਤੇ ਪ੍ਰਕਾਸ਼ਨ ਦੀ ਗੱਲ ਕੀਤੀ ਹੈ ਕੋਈ ਰਾਹੁਲ ਗਾਂਧੀ ਦੇ ਪੈਰਾਂ ਨੂੰ ਜੰਜੀਰਾ ਥੋੜਾ ਕਿਸੇ ਨੇ ਪਾਤੀਆਂ ਨੇ ਉਹਨਾਂ ਦੀ ਮਰਜ਼ੀ ਹੈ ਜੇ ਉਹ ਸੀਜ਼ ਨੂੰ ਬ੍ਰੇਕ ਕਰਨਾ ਚਾਹੁੰਦੇ ਜਾਂ ਉਹ ਨਹੀਂ ਮੰਨਣਾ ਚਾਹੁੰਦੇ ਤੇ ਕੱਲ ਨੂੰ ਜੇਕਰ ਕੋਈ ਗੱਲ ਹੋਏਗੀ ਉਹਦੇ ਜ਼ਿੰਮੇਵਾਰ ਫਿਰ ਉਹ ਪਾਰਟੀ ਹੋਏਗੀ ਨਾ ਇਸ ਕਰਕੇ ਇਹਨਾਂ ਗੱਲਾਂ ਨੂੰ ਪੋਲਿਟਿਕਲ ਰੰਗਤ ਦੇਣ ਦੀ ਲੋੜ ਨਹੀਂ ਜੋ ਅੱਛੀ ਗੱਲ ਹੈ ਪੈਦਲ ਮਾਰਚ ਕਰ ਰਹੇ ਆ ਤੇ ਮੈਂ ਸਮਝਦਾ ਵੀ ਕਾਂਗਰਸ ਜੋੜਨ ਦੀ ਇਹਨਾਂ ਨੂੰ ਇਹ ਰਣਨੀਤੀ ਬਣਾਨੀ ਚਾਹੀਦੀ ਹੈ ਕਾਂਗਰਸ ਬੇਰਾ ਵਾਂਗੂ ਖੇਲ ਰਹੀ ਹੈ ਤੋ ਆਪਣੀ ਪਾਰਟੀ ਲਈ ਹਰ ਕੋਈ ਕਰਦਾ ਜੇ ਉਹ ਆਪਣੀ ਪਾਰਟੀ ਲਈ ਕਰ ਰਹੇ ਨੇ ਤੇ ਚਲੋ ਠੀਕ ਹੈ